जियो शेरा जियो यार, चंगा काम ते जियो कि नहीं। जो मैं वेखना बंद हो जाते यार। जियो शेरा जियो शेरा चलो मम्मी मैं डैडी हाड़ी दी आदत नहीं ना गई भी जोड़ भी किन्ने पाता मैं इधर वे इधर अभी जोड़ पाता एक इत्थे पाता जोड़ जोड़ ही कहिंदा पौने नवीं बंडल सांभ सांभ रखने आधी गाड़ी है कतार लाती की पता की कंडे नहीं इत्थे जलम कौन गया तां गट्टियां लागे लादे बल्ब तो उत्ते कह कह ला इत्थे एक गट्टी ला रहने गटी गुटी थे ता ला दे बल्ब लागे मान ला मेरी गल शुगर कथे कहनी गंदी लता डब्बाए वाला सत श्री अकाल जी स्वागत थोड़ा जी ने ब्लॉग दे विच ते बंदे शोर दिस दी अज फिर तुम सारे जणे नु मुबारकां ते हुण लड़ियां ला लिए दिवाली दीआं क्योंकि ओ लाईआं नहीं गईआं पता नहीं मम्मी ने शायद कढ़तीआं मम्मी कढ़ियां नहीं जी बाहर लड़ियां अपने को वादू लड़ियां पईआं ने ये ला ली लड़ियां अपने को वादू पईआं जी मद्दियां कढ़ियां वा लिफाफे च होर पईआं लिफाफे च हैगियां इहदे च होणियां मैं सुणा ब्लैक पई इहदे विच शो ने ब्लैक वाइट नवीं लड़ियां लातियां बोर्ड जिहा ढक दित्ता है तरेल ना पवे लड़ियां लातियां पर लाइट ऑफ हो गई आ वट जे पै गए कर दूंगा बाद च सही जे बत्ती फिर वट जे पै जिहड़े सही कर दांगे अजे मंजे ते आण के लम्मे पिया ते बत्ती आ गई हुण अज ना आपां बाजार चले मैं ते मम्मी जिहड़े आंटी साडे घरे काम करदे उहनां वास्ते दिवाली गिफ्ट लै गई यार चंगा जिहा क्योंकि उह वी साडे घर दे मेहमान ने ठीक है ते मैं इस गल दी ना हुण दस नहीं सकदा बयान करके क्योंकि आंटी नूं हुण कैमरे सामने नहीं लिया सकदा मैं करदा बहुत प्यार करदा क्योंकि आंटी बहुत ज़्यादा नाइस ने यार बहुत ज़्यादा उन्होंने साडा कदी कहना नहीं मोड़िया वी जिद्दां कह दी उद्दां मतलब आखे लग जांदे ने ते सो साडा वी फर्ज बणदा ਅਤੇ ਸੋ ਆਂਟੀ ਵਾਸਤੇ ਕੋਈ ਵਧੀਆ ਜੇ ਚੰਗੇ ਚੰਗੇ ਗਿਫਟ ਲੈ ਆਉਣੇ ਇੱਕ ਦੇ ਆਂਟੀ ਕਹਿੰਦੇ ਵੀ ਪੁੱਤ ਜੇ ਮੈਨੂੰ ਦਿਵਾਲੀ ਗਿਫਟ ਦੇਣਾ ਆ ਤਾਂ ਮੇਰੇ ਘਰ ਟਾਈਮ ਪੀਸ ਹੈ ਨਹੀਂ ਮੈਨੂੰ ਉਹ ਕੋਈ ਭਾਵੇਂ 200-300 ਵਾਲਾ ਲਿਆ ਦੇ ਉਹ ਲੈ ਆਉਣਾ ਇੱਕ ਆਂਟੀ ਜੋ ਗੱਲ ਲੈ ਆਉਂਦੇ ਹਾਂ ਸੂਟ ਅਤੇ ਨਾਲ ਹੋਰ ਕੁਝ ਦੇਖਦੇ ਹਾਂ ਅਤੇ ਬਾਕੀ ਮੌਕੇ 'ਤੇ ਜਾ ਕੇ ਪਤਾ ਲੱਗੂ ਕੀ ਲੈਂਦੇ ਹਾਂ ਆਪਾਂ ਸੋ ਚੱਲਦੇ ਹਾਂ ਮੰਮੀ ਰੈਡੀ ਹੋਣ ਡੇ ਨੇ ਮੈਂ ਵੀ ਹੁਣ ਪਰਨਾ ਬੰਨ ਲਵਾਂ ਛੋਟਾ ਪਰਨਾ ਬੰਨਿਆ ਸੀਗਾ ਹੁਣ ਥੋੜ੍ਹਾ ਵੱਡਾ ਪਰਨਾ ਬੰਨ ਲਈਏ ਬਾਜ਼ਾਰ ਜਾਣਾ ਹੈ ਅਤੇ ਅੱਜ ਜਿਹੜਾ ਮਾੜਾ ਕਮੈਂਟ ਕਰਦੇ ਨਾ ਉਹਦੇ ਦੇ 'ਤੇ ਫਿਰ ਸਿੱਧੀ ਗੱਲ ਮੇਰੇ ਕੋਲ ਪੰਜਾਬੀ ਦੇ ਵਿੱਚ ਲਾਣਤ ਆ ਜਿਹੜਾ ਫਿਰ ਅੱਜ ਮਾੜਾ ਕਮੈਂਟ ਕਰ ਜਾਵੇ ਅੱਜ ਵੀ ਦੀਪ ਨੇ ਮਾੜਾ ਕੀਤਾ ਇਹ ਕੰਮ ਨਹੀਂ ਸਹੀ ਕੀਤਾ ਇਹ ਇੱਦਾਂ ਹੀ ਇਹ ਇੱਦਾਂ ਕਰਨਾ ਚਾਹੀਦਾ ਸੀ ਥੋੜ੍ਹਾ ਵੱਧ ਕਰਨਾ ਚਾਹੀਦਾ ਥੋੜ੍ਹਾ ਘੱਟ ਕਰਨਾ ਚਾਹੀਦਾ ਹੈ ਇਹ ਚੀਜ਼ਾਂ ਯਾਰ ਨਹੀਂ ਚੰਗੀਆਂ ਲੱਗੀ ਦੀਆਂ ਠੀਕ ਆ ਉਹਨਾਂ ਵੱਲ ਵੀ ਵੇਖਿਆ ਕਰੋ ਜਿਹੜੇ ਇੰਨੇ ਲੀਚੜ ਨੇ ਜਿਹੜੇ ਦੇ ਕੇ ਕੁਝ ਰਾਜ਼ੀ ਨਹੀਂ ਹੈ ਤੁਸੀਂ ਮੈਨੂੰ ਕਹਿੰਦੇ ਵੀ ਭੈਣਾਂ ਆ ਚਲੋ ਹੁਣ ਮੈਂ ਗੁੱਸਾ ਨੇ ਉਹਨਾਂ 'ਤੇ ਮਤਲਬ ਗੁੱਸਾ ਨਹੀਂ ਕਰ ਸਕਦਾ ਕਿਉਂਕਿ ਨਹੀਂ ਚੰਗੀ ਲੱਗੀ ਤਾਂ ਕਈਆਂ ਮੇਰੀਆਂ ਭੈਣਾਂ ਨੇ ਕਿਹਾ ਦਿਵਾਲੀ ਆਪਣੀ ਭੈਣ ਨੂੰ ਤਾਂ ਥੋੜ੍ਹੀ ਚੰਗੀ ਦੇ ਦਿੰਦਾ ਤੂੰ ਜਰਾ ਉਹਨਾਂ ਭਰਾਵਾਂ ਨਾਲੋਂ ਤਾਂ ਕਈ ਗੁਣਾ ਚੰਗਾ ਹੋਣਾ ਆਪਣੀ ਭੈਣ ਨੂੰ ਮਿਲਦਾ ਹਾਂ ਮੈਂ ਇੱਥੋਂ ਮਿਲਦਾ ਦਿਲ ਤੋਂ ਮੈਂ ਕਿੱਦਾਂ ਆਪਣੀ ਭੈਣ ਨੂੰ ਮਿਲਦਾ ਮੈਂ ਉਹ ਚੀਜ਼ਾਂ ਸਾਰੀਆਂ ਸ਼ੋਅ ਨਹੀਂ ਕਰਦਾ ਵੀ ਇੱਦਾਂ ਨਹੀਂ ਬੋਲੀ ਦਾ ਹੁੰਦਾ ਵੀ ਮੈਂ ਇੰਨਾ ਸ਼ੁਕਰ ਆ ਮੈਂ ਆਪਣੀ ਭੈਣ ਨੂੰ ਮਿਲਦਾ ਹਾਂ ਅਤੇ ਪਰਮਾਤਮਾ ਨਾ ਕਦੇ ਵੀ ਮੇਰੀ ਭੈਣ ਦਾ ਮੇਰਾ ਵਿਛੋੜਾ ਕਦੀ ਨਾ ਪਾਵੇ ਵੀ ਹਾਂ ਮੇਰੀ ਭੈਣ ਤਰਸਿਆ ਕਰੇ ਦਿਵਾਲੀ ਨੂੰ ਜਾਂ ਕਿੱਦਾਂ ਮੈਨੂੰ ਰੱਖੜੀ 'ਤੇ ਤਰਸਿਆ ਕਰੇ ਮਿਲਣ ਨੂੰ ਜਾਂ ਕਿੱਦਾਂ ਇਹ ਕੰਮ ਕਦੀ ਨਾ ਹੋਵੇ ਬਸ ਪੈਸੇ ਪੂਸੇ ਆ ਦੇਣ ਲੈਣ ਇਹ ਤਾਂ ਆਪਣਾ ਹੱਥਾਂ ਦੀ ਮੈਲ ਆ ਵੀ ਪਰਮਾਤਮਾ ਦੇ ਦੂਗਾ ਕੋਈ ਚੱਕਰ ਵਾਲੀ ਗੱਲ ਨਹੀਂ ਜਿਹੜਾ ਸਭ ਤੋਂ ਮੇਨ ਗੱਲ ਹੁੰਦੀ ਭੈਣ ਭਰਾ ਦੇ ਸਾਹਮਣੇ ਖੜ੍ਹ ਜਾਣਾ ਇੱਕ ਦੂਜੇ ਨੂੰ ਮਿਲ ਲੈਣਾ ਭਰਾ ਘੁੱਟ ਕੇ ਅਤੇ ਸਾਰਾ ਕੁਝ ਵਿੱਚ ਇਹ ਆ ਜਾਂਦਾ ਰੱਖੜੀ ਦਾਲੀ ਸਭ ਕੁਝ ਵਿੱਚ ਇਹ ਆ ਜਾਂਦਾ ਠੀਕ ਨਹੀਂ ਪੈਸੇ ਨਾਲ ਕੋਈ ਬੰਦਾ ਵੱਡਾ ਨਹੀਂ ਹੋ ਜਾਂਦਾ ਮੇਰੀ ਭੈਣ ਨੂੰ ਵੀ ਪਰਮਾਤਮਾ ਨੇ ਹੁਣ ਬਹੁਤ ਕੁਝ ਦਿੱਤਾ ਐਵੇਂ ਆਖੀਏ ਮੇਰੀ ਭੈਣ ਵੀ ਗੱਡੀਆਂ ਕਾਰਾਂ ਜੋਗੀ ਹੈ ਤੁਸੀਂ ਵੇਖਿਆ ਹੀ ਆ ਕਿਰਪਾ ਕੀਤੀ ਨਵਾਂ ਘਰ ਬਣਾਇਆ ਡੈਡੀ ਨੇ 1 ਰੁਪਈਆ ਨਹੀਂ ਲਿਆ ਲੇਬਰ ਦਾ ਠੀਕ ਨਹੀਂ ਗੱਲ ਫਿਰ ਵੀ ਪਿਓ ਆ ਹੁਣ ਮੈਂ ਤੁਹਾਨੂੰ ਦੱਸਣ ਲੱਗਾ ਤੁਸੀਂ ਕਹਿੰਦੇ ਕੀ ਕੀਤਾ ਡੈਡੀ ਨੇ ਪਤਾ ਨਹੀਂ ਸਾਲ ਉਹਨਾਂ ਦੇ ਘਰੇ ਕੰਮ ਕੀਤਾ ਡੈਡੀ ਨੇ 10 ਰੁਪਈਏ ਨਹੀਂ ਲਏ 1-10 ਰੁਪਈਏ ਵੀ ਹੁੰਦੇ ਤੁਸੀਂ ਫਿਰ ਵੀ ਗੱਲਾਂ ਕਰ ਦਿੰਦੇ ਕੀ ਕੀਤਾ ਜੀ ਤੂੰ ਆਪਣੀ ਭੈਣ ਲਈ ਕੀ ਕੀਤਾ ਜੀ ਅਤੇ ਬੜਾ ਕੁਛ ਕੀਤਾ ਯਾਰ ਭੈਣ ਦੇ ਲਈ ਇੱਥੋਂ ਮਤਲਬ ਮੈਂ ਸੁਣਾਉਣਾ ਨਹੀਂ ਚਾਹੁੰਦਾ ਫਿਰ ਤੁਸੀਂ ਕਹਿੰਦੇ ਇਹ ਸੁਣਾਉਣ ਲੱਗ ਪੈਂਦਾ ਇਹ ਉੱਦਾਂ ਇਹ ਇੱਦਾਂ ਇੱਥੋਂ ਮਿਸਤਰੀਆਂ ਵਾਸਤੇ ਕਈ ਵਾਰੀ ਮੈਂ ਚਾਹ ਆਪਣੇ ਹੱਥੀਂ ਮੇਰੇ ਹਿਸਾਬ ਨਾਲ ਜ਼ਿਆਦਾ ਨਹੀਂ ਚਲੋ ਕਹਿੰਦਾ 3-4 ਮਹੀਨੇ ਇੱਥੋਂ ਚਾਹ ਜਾਂਦੀ ਰਹੀ ਕਦੀ ਵੀ ਆਪਾਂ ਸੀ ਨਹੀਂ ਕੀਤੀ ਵਲੋਗਿੰਗ ਜਿਹੜੀ ਨਹੀਂ ਹੈ ਬਿਜ਼ਨਸ ਆ ਮੇਰਾ ਕੰਮ ਆ ਇਹ ਮੈਂ ਉਹਨੂੰ ਕੰਮ ਦੇ ਹਿਸਾਬ ਨਾਲ ਲੈ ਕੇ ਚੱਲਦਾ ਹਾਂ ਮੈਂ ਹੋ ਗਿਆ ਹੁਣ ਤਿਆਰ ਤਾਂ ਚੱਲੇ ਹਾਂ ਮੰਮੀ ਵੀ ਰੈਡੀ ਹੈ ਉੱਪਰ ਵਾਲਾ ਗੀਜ਼ਰ ਵੀ ਫਿੱਟ ਕਰਤਾ ਹੈ ਹੁਣ ਫਸਟ ਕਲਾਸ ਪਾਣੀ ਆਉਂਦਾ ਹੈ ਗਰਮ ਆਹ ਲਾਤਾ ਸਵਿੱਚ ਸੋਚੇ ਇਸ ਕਰਕੇ ਨੀਚੇ ਲਗਾਇਆ ਵੀ ਮਤਲਬ ਜੇ ਕਿਸੇ ਨੇ ਉੱਪਰ ਵੀ ਨਹਾਉਣਾ ਹੈ ਤਾਂ ਨੀਚੇ ਛੱਡ ਲਏ ਜੇ ਕਿਸੇ ਨੀਚੇ ਨਹਾਉਣਾ ਹੈ ਤਾਂ ਉਹ ਵੀ ਨੀਚੇ ਛੱਡ ਲਏ ਬਸ ਇੱਦਾਂ ਇੱਥੋਂ ਹੀ ਔਨ ਆਫ ਹੋ ਜਾਂਦਾ ਇੱਥੋਂ ਸੂਟ ਦੇਖ ਲਾਂਗਾ ਆਂਟੀ ਵਾਸਤੇ
ਪੱਖੇ ਕਰਕੇ ਲਾਈਟਾਂ ਬਲਿੰਕ ਕਰਦੀਆਂ ਨੇ ਕਿਦਾਂ ਉਹ ਕੋਈ ਪਸੰਦ ਲਾਡ ਜਾਣਾ ਹੈ ਸਾਰੇ ਦਾ ਆ ਕਰ ਆਲ ਓਵਰ ਆ ਇਹਨੂੰ ਆਲ ਓਵਰ ਕਹਿੰਦੇ ਆ ਜਿਹੜਾ ਹਨਾ ਆ ਵੀ ਆਲ ਓਵਰ ਰੰਗ ਥੋੜਾ ਜਿਹਾ ਉਹਦੇ ਕੋਸ ਓਵਰ ਆ ਵੀ ਆ ਕਿੰਨਾ ਸੋਹਣਾ ਹੈ ਹਨਾ लगे टाइम पीस इतना देख लेने कोई ना कोई लैबी आ रहन दिता क्योंकि ये ना खरीदा वा ना तो फिर वो देखना नहीं आंटी ने सही नहीं देखना आ सही है थोड़ा जो अखर लभद है ना प्रोपर एक दो लभदा प्रोपर कि ठीक है मैं भी अंकल कहते पैक कर दें टाइम टूम बिल्कुल सही है ना बिल्कुल सही है जी ठीक है जी कड़ूगा दो चार साल दो दर्जन करा लिये बड़े दो कर दो बाबा जी जो चुका थोड़ा वधिया ले लें इन्हें च ले लगे कोई थोड़ा कोई चंगा जा वाला नहीं वो वाला नहीं है अरे यार आ ले लो अभी सही केड़ा तुम केड़ा सही लगा एक नुक्कर वाला लियो चौं वाला ना लियो मिको वाला दो स्काई ब्लू ले लिया वाला ओ भाजी ने चल जो पटाके लैन अगे मम्मी बड़ी जोर डिगे ला भी सड़क से सट लग चली चक्कर आ गया मम्मी नहीं 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 बचा हो गया मैं लागे मम्मी का मूह लगा मोटरसाइकिल वजन बचा हो गया लगे बड़ी मुश्किल में लागे मैं फड़ लिया मम्मी ने उदा चल कोई नहीं मम्मी लैन देने दवाई इधर दवाली करके काफ़ी दुकाना लगियां और सामने भांड्या की भी दुकान लगी उधर आप कर लिए शॉपिंग होना बस घर ही जाना है वरायटी करो चेक लगी हुई है हाँ मिक्स मिक्स लगा करो हम इतों भी आंटी चुका करा लेंगे मिक्स डब्बा अरे मम्मी का फेवरेट आ मम्मी चुका करवा लें ना भोग लगा देंगे पहला बाबा जी के आंटी चुका लै लिया फिर डिगन लगी वेख्या पता नहीं की होंगे ये अभी जान डे पता नहीं रहने राजा क्यों कर छड़ते मैं तो समझ नहीं आती बेचारे का हाल चाल तो पुछ ला बड़ी जोर च सड़क तक डिगी मम्मी टुट जाने सही गल लत तो है नहीं मैंने ये डर ही जो मोटरसाइकिल तेरा मम्मी मूँह वज जाता ना मोटरसाइकिल मूँह मां बुल बल पाड़ जाने ही ये लाल लवा ही देगा होर बना ला गा दफा मार ठा गोडे ते भी रगड़ रुगड़ लगी होनी है नहीं चक्कर आ गया बेचारी ने पता नहीं लगा भी थड़ी तो थले दिखिया नहीं कुछ भी मेरे सामने मैं नाल ही चंगी भली मेरे नाल तुरन डई है यार चंगी भली मेरे नाल तुर के आई दुकान चो बाहर निकली है तो वाला डेरी नहीं है वाला डेरी वो सामने डिग पी बड़ी जोर च डिगी ला भी मैं ही मम्मी नू क्या पदरी बचा हो गया वा इन्ना शुक्र मम्मी ने मतलब पदरे मतलब हाथ हूथ प्रोपर लग गए सड़क दे बचा गया बेचारी रोन वाला मूह होगा पर मैं चल कोई नहीं परवाह ना कर दो पर भी दुकान वाले बेचारे पानी पुनी पैगा उन्हें आख्या भैन जी बह जाओ हाँ वह बेचारा बड़ी जोर लावे भी लिमका लियाओ थोड़ा नमक जहा पा लिमका मम्मी कहने नहीं दूजा जो नाल
ਜੁੱਤੀਆਂ ਵਾਲਾ ਨੀ ਯਾਰ, ਵਾਲੇ ਨਾਲ ਕੱਪੜੇ ਵਾਲਾ ਨੀ, ਕੱਪੜੇ ਵਾਲਾ ਹਾਂ ਉਹ ਜਿਹੜਾ ਜਿਨ੍ਹਾਂ ਨੇ ਕਿਹਾ ਸੀ। ਰਾਓ ਜੀ ਅੰਡੀ ਨੂੰ ਅੰਡੀ ਦੀ ਦਿਵਾਲੀ ਲੱਗੀਆਂ ਦੇਣ। ਪਸੰਦ ਆ ਆਂਟੀ ਜੀ? ਚਲ ਵਧੀਆ ਵਧੀਆ, ਚਲੋ ਠੀਕ ਆ। ਮੈਂ ਸਾ ਬਹੁਤ ਵਧੀਆ ਵਧਾਈਆਂ ਹੋਣ ਜੀ ਲੱਖ ਲੱਖ ਆਪਣੀ ਕੋਠੀ ਸਾਫ ਸਫਾਈ ਕਰੀ ਜਾਵੇ ਬਸ। ਹਾਂਜੀ ਇਹ ਵੀ ਤੁਹਾਡੇ, ਇਹ ਵੀ ਤੁਹਾਡੇ, ਕੋਈ ਗੱਲ ਨਹੀਂ, ਕੋਈ ਗੱਲ ਫੜ ਲੀ ਪੇਟੀ ਚ ਅਸੀਂ ਕੱਢ ਕਰਕੇ ਜਿੱਦਾਂ ਕਹਿੰਦੇ ਨੀ ਇਹ ਆ ਜਾ ਦੀਪੂ ਆ ਜਾ ਪਕੌੜੇ ਕੱਢੀਏ, ਕਿੱਡੇ ਕਿੱਡੇ ਪੇਟੀ ਚ ਰੱਖੇ ਨੇ ਜਿਹੜੇ ਕੱਢਣੇ। ਲੜੀਆਂ ਮੰਮੀ ਕਹਿਣ ਲਈ ਅੱਧੀਆਂ ਚੜਾਂਡੀਆਂ, ਫਿਰ ਉੱਪਰ ਜਾਣਾ ਪੈਣਾ ਧੋਰ ਉੱਪਰ, ਪੰਗਾ ਵੜਾਈ ਯਾਰ ਇਹ ਚੀਜ਼ ਉਹ ਪਤਾ ਨੀ ਹੁਣ। ਅਸਲ ਜਦੋਂ ਬੱਤੀ ਬੰਦ ਹੋ ਗਈ ਨਾ ਤਾਂ ਮੈਂ ਨੀਚੇ ਆ ਗਿਆ ਸੀਗਾ, ਸਹੀ ਕਰ ਦਿੰਦੇ ਹਾਂ। ਆਹ ਆਪਣੇ ਗੈਸ ਵਾਲਾ ਵੀ ਪਿਆ ਆ, ਗੀਜ਼ਰ ਹੈ ਹੁਣ ਇੱਦਾਂ ਰਹਿਣਾ ਪਿਆ, ਬਸ ਇਹ ਕਿਸੇ ਨੂੰ ਦੇਣਾ ਰਹਿਣ ਦੇਣਾ ਪਿਆ ਇੱਦਾਂ ਹੀ। ਆਪੇ ਲੜੀਆਂ ਸਹੀ ਹੋ ਗਈਆਂ ਲੱਗਦਾ, ਬੁੱਤ ਕਬੱਤਰ ਨੇ ਬਹਿ ਬੋ ਕੇ ਸਹੀ ਕਰਤੀਆਂ ਹਨੀ। ਮੰਮੀ ਹੁਣਾਂ ਦੀ ਬਣਾਤੀ ਆ ਰੀਲ ਅਤੇ ਸਾਰੇ ਜਣੇ ਬਹੁਤ ਸਾਰਾ ਪਿਆਰ ਦਿਓ, ਆ ਜਾਣੀ ਆ ਇੰਸਟਾਗ੍ਰਾਮ 'ਤੇ ਬਹੁਤ ਜਲਦੀ। ਡੈਡੀ ਦੇ ਚੜ ਕੇ ਪਲਾਟ ਦੇ ਵਿੱਚ ਅਤੇ ਕਿਰਨ ਦੀਦੀ ਹੁਣੀ ਆ ਗਏ ਨੇ ਅਤੇ ਆਪਾਂ ਪਟਾਕੇ ਲੈਣ ਵਾਸਤੇ ਚੱਲੇ ਹਾਂ, ਮੈਂ ਅਤੇ ਭਾਅ ਜੀ ਅਤੇ ਕਿਰਨ ਦੀਦੀ ਅਤੇ ਮੰਮੀ। ਮੰਮੀ ਵਿਚਾਰੇ ਨੇ ਇਕੱਲੀ ਨਹੀਂ ਘਰੇ ਰਹਿਣਾ, ਫਿਰ ਮੈਂ ਚੱਲ ਕੋਈ ਗੱਲ ਮੰਮੀ ਨੂੰ ਨਾਲ ਲੈ ਚੱਲਦੇ ਹਾਂ, ਹੁਣ ਆਪਾਂ ਹੁਣ ਚੱਲੇ ਹਾਂ। ਇਹ ਲਾਤੀਆਂ ਲੜੀਆਂ ਆਪਣੇ ਘਰ ਦੇ ਬਾਹਰ, ਹੁਣ ਚੱਲੇ ਹਾਂ। ਕਿੱਥੇ ਆਏ ਨੇ ਜੀ? ਅੱਛਾ ਅੱਛਾ ਆ ਗਏ ਆ ਗਏ। ਕਿਹਨੂੰ ਦੇਣੀ ਚਾਬੀ? ਕਿਰਨ ਦੀਦੀ ਹੁਣਾਂ ਦਾ ਪਟਾਕੇ ਲੈ ਲਾਂਗੇ ਹੁਣ। ਚੱਲ ਗਏ ਜੀ, ਚਲ ਇੱਧਰ ਨੂੰ ਜਾਣਾ, ਇੱਧਰ ਨੂੰ ਪਰਲੀ ਸਾਈਡ ਨੂੰ। ਉਹ ਬੈਗ ਨਹੀਂ ਫੜਨਾ ਉਹਦਾ, ਹਰਫ ਦੇ ਵਿੱਚ ਪਟਾਕੇ ਪਾਉਣੇ ਆ। ਕਿਹੜੇ? ਗੰਢੇ ਬੰਬ, ਗੰਢੇ ਬੰਬ ਹੈ ਨਹੀਂ ਇੱਥੇ ਦੇ। ਗੰਢੇ ਬੰਬ ਕਿਹੜੇ ਹੁੰਦੇ ਹੋ? ਆਹੋ ਆਹੋ ਕਿਹੜੇ ਆਲੂ ਯਾਰ ਗੰਢੇ, ਉਹ ਇਹ ਨਹੀਂ ਯਾਰ ਭਰਾਵਾ, ਉਹ ਜਿਹੜੇ ਭੁੰਜੇ ਮਾਰੀ ਦੇ ਆ ਨਹੀਂ, ਇਹ ਨਿੱਕੇ ਨਿੱਕੇ ਇਹ ਨਹੀਂ। ਆਹੋ ਉਹ ਨਹੀਂ ਆਏ, ਨਹੀਂ ਉਹ ਨਹੀਂ ਆ ਗਏ ਹੁਣ, ਲੈ ਵੀ ਮਾਤਾ ਤਰਲੇ ਗਏ ਹੁਣ। ਬੜਾ ਰੌਲਾ ਪਾਇਆ ਪਟਾਕੇ ਲੈਣੇ, ਪਟਾਕੇ ਬਸ ਲੈ ਲੇ, ਦੋ ਮਿੰਟ ਨਹੀਂ ਲੱਗੇ ਬਸ ਗਏ, ਹੁਣ ਅੱਧੇ ਲੈ ਲਏ, ਅੱਧੇ ਹੁਣ ਅੱਧੇ ਹੋਰ ਲੈਣੇ, ਥੋੜੇ ਜਿਹੇ ਲਏ ਬਸ। ਕੁੱਜੀ ਵਾਲੇ, ਕੁੱਜੀ ਵਾਲੇ, ਕੁੱਜੀ ਵਾਲੇ ਨਾਰ ਆਹ ਪਤਾ ਹੈ, ਤੇ ਜੇ ਕਦੇ ਠਾਹ ਕਰ ਜਾਣਾ ਤੇ ਕੈਂਕਰਾਂ ਮੈਂ ਕਹਿੰਦਾ ਮੂੰਹ ਤੇ ਵੱਜਦੀਆਂ ਬੜੀ ਜ਼ੋਰ 'ਚ। ਮੈਨੂੰ ਪਤਾ ਨਾਰ ਹੁੰਦੇ, ਜੇ ਰੱਬਾ ਜੀ ਚਾਂਸ ਖਰਾਬ ਨਹੀਂ ਕੋਈ ਠਾਹ ਕਰ ਜੇ ਤਾਂ ਮੂੰਹ ਮੈਂ ਪਾੜ ਦਿੰਦੇ ਕੰਨੀ ਭਾਜੀ। ਲਾ ਕੇ ਲੈ ਜਾਈਏ, ਲਾ ਕੇ ਲੈ ਜਾਈਏ, ਨਹੀਂ ਤੁਸੀਂ ਚਲਾਓ। ਭਾਅ ਜੀ ਕਹਿੰਦੇ ਵੀ ਆਹ ਪੀਣੀ ਮਿਲਕ ਸ਼ੇਕ ਜਾ, ਮਿਲਕ ਬਦਾਮ ਕਹਿੰਦੇ, ਇਹ ਮਿਲਕ ਬਦਾਮ ਕਹਿੰਦੇ ਨੇ ਵੀਰ ਇਹਨੂੰ, ਮਿਲਕ ਬਦਾਮ ਹਾਂ ਦੋ ਹੈਂ। ਅੱਜ ਵੇਖ ਲਓ ਗੁਰਦਾਸਪੁਰ ਰੋਡ 'ਤੇ ਕਿੱਦਾਂ ਚਹਿਲ ਪਹਿਲ ਹੋਣ ਡਈ ਆ, ਪਟਾਕੇ ਵੱਧ ਲੱਗੇ, ਇਹਨਾਂ ਕੋਲ ਲੱਗੇ, ਇਹਨਾਂ ਪਟਾਕੇ ਲੱਗੇ ਨਹੀਂ, ਮਠਿਆਈ ਇਹ ਤੇ ਪਟਾਕੇ ਲੱਭਣ ਡੇ, ਥੋੜ੍ਹੇ ਜਿਹੇ ਹੋਰ ਲੈ ਲਈਏ ਵੀ, ਉਹ ਲੈ ਕੇ ਫਿਰ ਘਰੇ ਚੱਲ ਜਾਣਾ। ਇਸ ਤੋਂ ਵੱਡਾ ਸਾਈਜ਼ ਵੀ ਹੈਗਾ ਵੱਡਾ, ਓਏ ਗਗਨ ਇਹਦੇ ਨਾਲ ਦੇ ਜਿਹੜੇ ਵੱਡੇ ਸੀ, ਓਏ ਇਹਦੇ ਨਾਲ ਦੇ ਜਿਹੜੇ ਵੱਡੇ ਸੀ। ਆ ਨਾ ਰਾਵਲੇ ਸਾਵਲੇ ਲੈਣੇ ਵੱਡੇ ਹੁਣ, ਦੋ ਹੀ ਹੁੰਦੇ ਚ ਪੀਸ? ਹਾਂਜੀ ਦੋ ਹੀ, ਅਲੱਗ ਡੱਬਾ ਲਾਇਆ ਮੈਂ, ਡੱਬੀ ਆ ਕਰਦੇ ਆ ਆ ਕੀ ਕਰਦੇ ਆ, ਹਾਂ
पूरे होने पीस कर दो बंद देता चेक करना चेक कर लो पहुंच गए लड़िया बहुत सोहनिया लगन दिया भाजियां अखबार लाइया इन्होंने मैं ना लवाइया उदन पर सोहनिया लगन दया ने पर इधरलिया झमके ज्यादा मांडिया उधरलिया खलोतियां इन्होंने सैटिंग नहीं की सही। हाँ जी की देखता सी पुत गिरी जी खाने हूं मन अग गया मिठा खा ये तेरा नहीं मैं कहना नहीं मोड़िया भी जियो शेरा जियो वाह चंगा काम ते जी कहीं लगी यार की करन दे थले चल गया ये नकली लिया धुआं ही दिवाली अज ही कल ही चलो कोई नी जो भी वधिया हो गया सोने सोने अपने बस के कर गया मिट्टी काम पिछे जी ठां ना कर जे कदे बस नजारे बजे बस मुगी कहानी बस इना नहीं कम चल ये कोई पता नहीं पटाका बजे ये भी गल है जी ओ बस एह कुछ ही चल चल फराटी वेखी चलन लगी बस आ ही आ चल तेरी आ ही गल आ लै भी आ ही बनी गल इन एंड करा दी पूरी नहीं डर क्या जीत है माउंटेन ड्यू भज को गए जियो शेरा क्यों गुआढ़ी चला डे मैं चलो आप अपना ना लिया भी समझ लगे साढ़े अं चला डे कोसा मूहरे हो जा कोई नहीं कोसा भी कर दे वेखो कोला सुट दे चलो 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 चला दो चला दो बाबा पानी कोई गल कोई नहीं ये वधिया चलदा हुंदा वा वेखी कदे इधर नूं चल पे कदे बस इन्ना काम चल भी लास्ट परागा रह गया वाला ला दो ला दो इन्ना टाइम कल कोई नहीं कल रह पांगे हुण चले आ घरे टाइम ही काफी हो गया कोई नहीं कल कल रह पांगे घरे आ गए हुण आपां हुणे अजे आए आ गड्डी सुकाना सामने गली विच लगी सी ते मैं हुणे अंदर कीती है गड्डी ते मोटरसाइकल ते आए अज क्योंकि भाजी हुणी इत्थों अपनी गड्डी ते सानू लै गई उधर तिन्ने जणे बह के आए राह विच बड़ी सोनी मसान पर पहुंच के चलो ठीक सीगा ते
ਬਾਕੀ ਜਾਈ ਦਾ ਵਲੌਗ ਵਧੀਆ ਲੱਗਾ ਲਾਈਕ ਮਾਰ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਤਦ ਤੱਕ ਸਤਿ ਸ਼੍ਰੀ ਅਕਾਲ।